ਦੋਸਤੋ ਪੰਜਾਬ ਫੋਰੈਸਟ ਗਾਰਡ ਦੀ ਭਰਤੀ ਦੇ ਰਿਗਾਰਡਿੰਗ ਕੁਝ ਸਵਾਲ ਨੋਰਮਲ ਜਿਹੇ ਸਵਾਲ ਮੇਰੇ ਕੋਲ ਆਏ ਨੇ ਜੋ ਮੈਂ ਇਸ ਵੀਡੀਓ ਵਿੱਚ ਡਿਸਕਸ ਕਰਾਂਗਾ। ਸਭ ਤੋਂ ਪਹਿਲਾਂ ਇਹ ਸਵਾਲ ਹੈ ਕਿ ਅਪਲਾਈ ਕਿਵੇਂ ਕਰਨਾ। ਦੇਖੋ ਹਲੇ ਔਨਲਾਈਨ ਅਪਲਾਈ ਕਰਨ ਦਾ ਲਿੰਕ ਇਹਨਾਂ ਨੇ ਜਨਰੇਟ ਨਹੀਂ ਕੀਤਾ, ਆਸ ਰੱਖਦੇ ਹਾਂ ਹਫ਼ਤੇ ਦੇ ਅੰਦਰ ਅੰਦਰ ਇਹ ਲਿੰਕ ਜਨਰੇਟ ਹੋ ਜਾਵੇਗਾ। ਓਕੇ, ਦੂਜੀ ਗੱਲ ਕਰੀਏ ਕੁੱਲ ਪੋਸਟ ਹੈ 200 ਪੋਸਟਾਂ ਨੇ ਅਤੇ 12ਵੀਂ ਪਾਸ ਕੈਂਡੀਡੇਟ ਇਸ ਨੂੰ ਪੋਸਟਾਂ ਨੂੰ ਅਪਲਾਈ ਕਰ ਸਕਦਾ ਹੈ। ਅਤੇ ਤਨਖਾਹ ਦੀ ਗੱਲ ਕਰੀਏ 21,700 ਤਨਖਾਹ ਹੈ ਅਤੇ ਇਸ ਵਿੱਚ ਇਨਕਰੀਜ਼ਮੈਂਟ ਵੀ ਹੋਵੇਗਾ ਜਦੋਂ ਤੁਹਾਡੀ ਡਿਊਟੀ 1 ਸਾਲ ਤੋਂ ਉੱਪਰ ਦਾ ਪੀਰੀਅਡ ਜੁਆਇਨ ਕਰ ਲੈਂਦੀ ਹੈ, ਮਤਲਬ 1 ਸਾਲ ਤੋਂ ਉੱਪਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਸੈਲਰੀ ਵਿੱਚ ਇਨਕਰੀਜ਼ਮੈਂਟ ਹੋਣਾ ਸਟਾਰਟ ਹੋ ਜਾਵੇਗਾ। ਇਸ ਤੋਂ ਇਲਾਵਾ ਇੱਕ ਬੱਚੇ ਨੇ ਪੁੱਛਿਆ ਸੀ ਕਿ ਇਸ ਵਿੱਚ ਪ੍ਰਮੋਸ਼ਨ ਦੇ ਚਾਂਸ ਵੀ ਨੇ, ਤਾਂ ਜ਼ਰੂਰ ਪ੍ਰਮੋਸ਼ਨ ਦੇ ਚਾਂਸ ਨੇ। 5 ਸਾਲਾਂ ਦਾ ਪੀਰੀਅਡ ਜਦੋਂ ਆਪਣੀ ਡਿਊਟੀ ਵਿੱਚ ਤੁਸੀਂ ਲਗਾ ਲੈਂਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਫੋਰੈਸਟ ਰੇਂਜਰ ਦੀ ਪੋਸਟ 'ਤੇ ਆ ਜਾਂਦੇ ਹੋ। ਮਤਲਬ ਫੋਰੈਸਟ ਗਾਰਡ ਤੋਂ ਉੱਪਰ ਦੀ ਪੋਸਟ ਹੁੰਦੀ ਹੈ ਜਿਹੜੀ, ਉਹ ਫੋਰੈਸਟ ਰੇਂਜਰ ਦੀ ਹੁੰਦੀ ਆ ਪੋਸਟ, ਐਂਡ ਇਸ ਤੋਂ 5 ਸਾਲਾਂ ਬਾਅਦ ਤੁਸੀਂ ਡਿਪਟੀ ਰੇਂਜਰ ਦੀ ਪੋਸਟ ਵੀ ਹਾਸਲ ਕਰ ਸਕਦੇ ਹੋ। ਇਸ ਤੋਂ ਬਾਅਦ ਕੀ ਹੁੰਦਾ, ਸਬ ਇੰਸਪੈਕਟਰ ਦੀ ਪੋਸਟ ਵੀ ਤੁਸੀਂ ਲੈ ਸਕਦੇ ਹੋ। ਕਿਵੇਂ ਲੈ ਸਕਦੇ ਹੋ ਦੋਸਤੋ? ਇਹ ਡਿਪਾਰਟਮੈਂਟ ਜਿਹੜਾ ਫੋਰੈਸਟ ਗਾਰਡ ਦਾ ਡਿਪਾਰਟਮੈਂਟ ਹੈ, ਜਦੋਂ ਭਰਤੀ ਆ ਸਬ ਇੰਸਪੈਕਟਰ ਦਾ ਜਿਹੜਾ ਪੋਸਟ ਹੈ ਖਾਲੀ ਹੋ ਜਾਂਦੀ ਹੈ ਤਾਂ ਇੱਕ ਇਗਜ਼ਾਮ ਕੰਡਕਟ ਕਰਵਾਉਂਦੇ ਨੇ, ਜਿਨ੍ਹਾਂ ਨੂੰ ਸਿਰਫ ਫੋਰੈਸਟ ਗਾਰਡ ਜਾਂ ਲੋਅ ਲੈਵਲ ਦੇ ਜਿਹੜੇ ਪੋਸਟ ਦੇ ਮੁਲਾਜ਼ਮ ਹੁੰਦੇ ਨੇ ਉਹੀ ਅਪਲਾਈ ਕਰ ਸਕਦੇ ਨੇ, ਤਾਂ ਇਹ ਇਗਜ਼ਾਮ ਕੁਆਲੀਫਾਈ ਕਰਕੇ ਤੁਸੀਂ ਸਿੱਧਾ ਸਬ ਇੰਸਪੈਕਟਰ ਲੱਗ ਸਕਦੇ ਹੋ। ਐਂਡ ਇਹ ਜਿਹੜੀ ਪੋਸਟ ਹੁੰਦੀ ਹੈ ਇਸ ਵਿੱਚ ਤੁਹਾਨੂੰ ਮੋਢੇ 'ਤੇ ਸਟਾਰ ਵੀ ਪ੍ਰੋਵਾਈਡ ਕਰਵਾਏ ਜਾਂਦੇ ਨੇ। ਓਕੇ ਦੋਸਤੋ, ਅਤੇ ਹੁਣ ਮੇਨ ਗੱਲ ਹੈ ਜ਼ਿਆਦਾ ਸਵਾਲ ਕੀ ਆ ਰਹੇ ਨੇ, ਸਿਲੈਕਸ਼ਨ ਪ੍ਰੋਸੈਸ ਕੀ ਰਹੇਗਾ। ਦੇਖੋ ਦੋਸਤੋ, 2-3 ਮੰਥ ਪਹਿਲਾਂ ਦਿੱਲੀ ਫੋਰੈਸਟ ਗਾਰਡ ਦੀ ਭਰਤੀ ਆਈ ਸੀ ਅਤੇ ਰਾਜਸਥਾਨ ਫੋਰੈਸਟ ਗਾਰਡ ਦੀ ਭਰਤੀ ਆਈ ਸੀ। ਉਸ ਵਿੱਚ ਪਹਿਲਾਂ ਕੀ ਹੋਇਆ ਸੀ, ਇਗਜ਼ਾਮ ਹੋਇਆ ਸੀ, ਫਿਰ ਫਿਜ਼ੀਕਲ ਟੈਸਟ ਹੋਇਆ ਸੀ, ਫਿਰ ਡਾਕੂਮੈਂਟ ਵੈਰੀਫਿਕੇਸ਼ਨ, ਫਿਰ ਮੈਡੀਕਲ, ਅਤੇ ਫਿਰ ਜਿਹੜਾ ਸਿਲੈਕਸ਼ਨ ਹੋ ਗਈ ਸੀ। ਬਟ ਜੋ ਇਹ ਨੋਟੀਫਿਕੇਸ਼ਨ ਪੰਜਾਬ ਫੋਰੈਸਟ ਗਾਰਡ ਵੱਲੋਂ ਰਿਲੀਜ਼ ਕੀਤਾ ਗਿਆ, ਇਸ ਵਿੱਚ ਕੋਈ ਵੀ ਇਗਜ਼ਾਮ ਬਾਰੇ ਡਿਟੇਲ ਨਹੀਂ ਦਿੱਤੀ ਗਈ। ਇੱਥੇ ਆਪਾਂ ਦੇਖ ਸਕਦੇ ਹਾਂ 12ਵੀਂ ਪਾਸ ਕੈਂਡੀਡੇਟ ਚਾਹੀਦਾ ਹੈ, ਇਲੀਜੀਬਿਲਟੀ ਦੇ ਕ੍ਰਾਈਟੇਰੀਆ ਵਿੱਚ ਆ ਗਿਆ, ਅਤੇ ਹਾਈਟ ਦੱਸਤੀ ਮੇਲ ਅਤੇ ਫੀਮੇਲ ਦੀ, ਅਤੇ ਚੈਸਟ ਬਾਰੇ ਦੱਸਤਾ। ਇਸ ਤੋਂ ਨੀਚੇ ਆਪਾਂ ਦੇਖਾਂਗੇ ਤਾਂ ਇਹਨਾਂ ਨੇ ਕਿ ਜਿਹੜਾ ਫਿਜ਼ੀਕਲ ਟੈਸਟ ਦਾ ਕ੍ਰਾਈਟੇਰੀਆ ਹੁੰਦਾ ਹੈ ਉਸ ਬਾਰੇ ਵੀ ਇੱਥੇ ਇਹਨਾਂ ਨੇ ਮੈਂਸ਼ਨ ਕਰ ਦਿੱਤਾ ਕਿ 13 ਕਿਲੋਮੀਟਰ ਵੋਕ ਹੋਵੇਗੀ ਮੇਲ ਕੈਂਡੀਡੇਟ ਲਈ ਅਤੇ 8 ਕਿਲੋਮੀਟਰ ਦੀ ਵੋਕ ਹੋਵੇਗੀ ਫੀਮੇਲ ਕੈਂਡੀਡੇਟ ਲਈ। ਇਸ ਵਿੱਚ ਕੀ ਹੈ, ਇਹਨਾਂ ਨੇ ਇਗਜ਼ਾਮ ਦੀ ਡਿਟੇਲ ਨਹੀਂ ਦਿੱਤੀ, ਤਾਂ ਹੋਪ ਕਰ ਸਕਦੇ ਹਾਂ ਕਿ ਇਸ ਦਾ ਇਗਜ਼ਾਮ ਨਹੀਂ ਹੋਵੇਗਾ। ਬਟ ਹਾਲੇ ਕੋਈ ਸ਼ੋਰ ਨਹੀਂ ਹੈ, ਸ਼ਾਇਦ ਕੋਈ ਹੋਰ ਨੋਟੀਫਿਕੇਸ਼ਨ ਆਵੇ ਉਸ ਵਿੱਚ ਇਗਜ਼ਾਮ ਦੀ ਡਿਟੇਲ ਬਾਰੇ ਲਿਖਿਆ ਹੋਵੇ। ਅਤੇ ਇੱਕ ਨੋਟ ਰੱਖਿਓ, ਜੋ ਵੀ ਹੋਮਗਾਰਡ ਜਵਾਨ ਨੇ ਜਾਂ ਸਿਵਲ ਡਿਫੈਂਸ ਦੇ ਪ੍ਰੋਫੈਸ਼ਨਲ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਕਹਿਣ ਦਾ ਭਾਵ ਹੈ, ਜੇ ਇੱਕ ਤਾਂ ਤੁਸੀਂ ਇਗਜ਼ਾਮ ਦੇ ਰਹੇ ਹੋ ਨੋਰਮਲ, ਮਤਲਬ ਫਰੈਸ਼ਰ ਇਗਜ਼ਾਮ ਦੇ ਰਿਹਾ, ਅਤੇ ਇੱਕ ਹੋਮਗਾਰਡ ਦਾ ਜਵਾਨ ਹੈ, ਮਤਲਬ ਕਿ ਆਲਰੇਡੀ ਜੋਬ 'ਤੇ ਆ ਜਾਓ, ਫੋਰੈਸਟ ਡਿਪਾਰਟਮੈਂਟ ਵਿੱਚ ਤਬਦੀਲ ਕਰਨਾ ਚਾਹੁੰਦਾ ਹੈ, ਤਾਂ ਜੇ ਤੁਹਾਡੇ 80 ਨੰਬਰ ਆਉਂਦੇ ਨੇ, ਜੇ ਇਹ ਪੂਰੇ ਕ੍ਰਾਈਟੇਰੀਆ ਵਿੱਚ ਜਾਂ ਇਗਜ਼ਾਮ ਹੋਵੇਗਾ ਜਾਂ ਫਿਜ਼ੀਕਲ ਸਟੈਂਡਰਡ ਵਿੱਚ 80 ਨੰਬਰ ਆਉਂਦੇ ਨੇ ਅਤੇ 80 ਨੰਬਰ ਹੀ ਇਸ ਹੋਮਗਾਰਡ ਦੇ ਆਉਂਦੇ ਨੇ, ਤਾਂ ਇਸ ਨੂੰ ਪਹਿਲ ਮਿਲੇਗੀ। ਓਕੇ ਦੋਸਤੋ, ਯਾਦ ਰੱਖਿਓ, ਪਹਿਲ ਹੋਮਗਾਰਡ ਦੇ ਜਵਾਨਾਂ ਅਤੇ ਸਿਵਲ ਡਿਫੈਂਸ ਦੇ ਜਿਹੜੇ ਵੀ ਮੁਲਾਜ਼ਮ ਨੇ ਉਹਨਾਂ ਨੂੰ ਦਿੱਤੀ ਜਾਵੇਗੀ। ਓਕੇ ਦੋਸਤੋ, ਜੇ ਹਾਲੇ ਵੀ ਕੋਈ ਸਵਾਲ ਹੈ ਤੁਹਾਡੇ ਮਨ ਵਿੱਚ ਤਾਂ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਐਂਡ ਜੇ ਹਾਲੇ ਤੱਕ ਤੁਸੀਂ ਸਾਡਾ ਵਟਸਐਪ ਗਰੁੱਪ ਨਹੀਂ ਜੁਆਇਨ ਕੀਤਾ ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮੈਂ ਵਟਸਐਪ ਗਰੁੱਪ ਦਾ ਲਿੰਕ ਦਿੱਤਾ, ਜਾ ਕੇ ਇੱਕ ਵਾਰੀ ਜੁਆਇਨ ਜ਼ਰੂਰ ਕਰ।